Hey everyone, ਕਿਵੇਂ ਹੋ ਤੁਸੀਂ ਸਾਰੇ? I'm good. So, ਅੱਜ ਆਪਾਂ ਗੱਲ ਕਰਦੇ ਆਂ ਕੁਝ ਦਿਲ ਦੀਆਂ ਗੱਲਾਂ ਬਾਰੇ। ਅੱਜ ਕੱਲ ਇੱਕ ਟੌਪਿਕ ਜਿਹੜਾ ਮੇਰੇ ਸਾਹਮਣੇ ਬਹੁਤ ਜ਼ਿਆਦਾ ਆ ਰਿਹਾ ਹੈ, ਉਹ ਇਹ ਆ ਰਿਹਾ ਹੈ ਕਿ ਮੈਨੂੰ ਜਿੰਨੇ ਵੀ ਕਾਉਂਸਲਿੰਗ ਦੇ ਫੋਨ ਆਉਂਦੇ ਆ ਜਾਂ ਮੇਰੇ ਕੋਲ ਮੇਰੇ ਕੇਸਿਸ ਆ ਰਹੇ ਆ, ਉਹਦੇ ਵਿੱਚ ਕੁੜੀਆਂ ਬਹੁਤ ਜ਼ਿਆਦਾ ਕਮਜ਼ੋਰ ਹੈ, ਕੁੜੀਆਂ ਬਹੁਤ ਜ਼ਿਆਦਾ ਵੀਕ ਹੈ। ਉਹ ਆਪਣੇ 'ਤੇ ਨਿਰਭਰ ਨਹੀਂ ਹੈ, ਉਹ ਆਪਣੇ ਹਸਬੈਂਡ 'ਤੇ ਨਿਰਭਰ ਹੈ, ਕੋਈ ਆਪਣੇ ਪੇਰੈਂਟਸ 'ਤੇ ਨਿਰਭਰ ਹੈ। ਉਹ ਇੰਡੀਪੈਂਡੈਂਟ ਨਹੀਂ ਹੈ, ਨਾ ਉਹ ਕਮਾਉਂਦੀ ਹੈ, ਨਾ ਉਹਦੇ ਕੋਲ ਕੁਛ ਹੈਗਾ। ਸੋ ਉਹਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਪੇਰੈਂਟਸ 'ਤੇ, ਆਪਣੇ ਹਸਬੈਂਡ 'ਤੇ, ਇੱਧਰ ਉੱਧਰ ਆਪਣੇ ਦੋਸਤਾਂ 'ਤੇ ਡਿਪੈਂਡ ਹੋਣਾ ਪੈਂਦਾ। ਈਵਨ ਕਿ ਛੋਟੀ ਤੋਂ ਛੋਟੀ ਚੀਜ਼ ਲਈ ਵੀ ਉਹਨੂੰ ਕਿਸੇ ਨਾ ਕਿਸੇ ਕੋਲੋਂ ਕੋਈ ਨਾ ਕੋਈ ਹੈਲਪ ਮੰਗਣੀ ਪੈਂਦੀ। ਜ਼ਿੰਦਗੀ 'ਚ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਿਓ, ਅਗਰ ਤੁਸੀਂ ਕਮਾਉਂਦੇ ਨਹੀਂ ਹੋ ਤਾਂ ਤੁਹਾਨੂੰ ਸਾਰੀ ਉਮਰ ਆਪਣੇ ਹਸਬੈਂਡ ਤੋਂ, ਆਪਣੇ ਪੇਰੈਂਟਸ ਤੋਂ ਇੱਧਰੋਂ ਉੱਧਰੋਂ ਪੈਸਾ ਮੰਗਣਾ ਪਏਗਾ। ਈਵਨ ਕਿ ਤੁਸੀਂ ਆਪਣੀ ਛੋਟੀ ਤੋਂ ਛੋਟੀ ਵੀ ਕੋਈ ਚੀਜ਼ ਲੈਣੀ ਹੈ ਨਾ, ਤੁਹਾਨੂੰ ਕਹਿਣਾ ਪਏਗਾ ਮੈਨੂੰ ਦਿਓ, ਮੈਨੂੰ ਇੱਦਾਂ ਦੇ ਦਿਓ, ਮੈਨੂੰ ਥੋੜ੍ਹੇ ਜਿਹੇ ਪੈਸੇ ਦੇ ਦਿਓ, ਮੈਨੂੰ ਆਹ ਦੇ ਦਿਓ, ਮੈਨੂੰ ਉਹ ਦੇ ਦਿਓ। ਔਰ ਜਦੋਂ ਆਪਾਂ ਕਿਸੇ ਤੋਂ ਮੰਗਦੇ ਹਾਂ ਤਾਂ ਆਪਾਂ ਕਮਜ਼ੋਰ ਬਣ ਜਾਂਦੇ ਹਾਂ। ਤੁਸੀਂ ਕਿਉਂ ਕਮਜ਼ੋਰ ਬਣਦੇ ਹੋ? ਤੁਸੀਂ ਹੁਣ ਤਾਂ ਮੈਨੂੰ ਲੱਗਦਾ ਮੈਂ ਮਾਰਚ ਤੋਂ ਵੀਡੀਓਜ਼ ਆਪਣੀਆਂ ਸਟਾਰਟ ਕੀਤੀਆਂ ਹੋਈਆਂ, ਤੁਸੀਂ ਮਾਰਚ ਤੋਂ ਮੇਰੀਆਂ ਵੀਡੀਓਜ਼ ਦੇਖ ਰਹੇ ਹੋ, ਅਤੇ ਉਸ ਤੋਂ ਬਾਅਦ ਵੀ ਤੁਸੀਂ ਹੁਣ ਵੀ ਇੰਡੀਪੈਂਡੈਂਟ ਨਹੀਂ ਹੋਏ ਹੋ, ਤਾਂ ਤੁਹਾਡੇ ਲਈ ਬਹੁਤ ਸ਼ਰਮਨਾਕ ਗੱਲ ਹੈ। ਕੁੜੀਆਂ ਪੜ੍ਹਨ ਤੋਂ ਬਾਅਦ ਵੀ, ਆਈਲੈਟਸ ਕਰਨ ਤੋਂ ਬਾਅਦ ਵੀ ਘਰੇ ਬੈਠੀਆਂ। ਅਗਰ ਤੁਸੀਂ ਇੰਨੀ ਪੜ੍ਹਾਈ ਲਿਖਾਈ ਕੀਤੀ ਹੈ, ਆਈਲੈਟਸ ਕੀਤੀਆਂ, ਤੁਸੀਂ ਬਾਹਰ ਕਿਉਂ ਨਹੀਂ ਜਾਂਦੇ ਪਏ? ਤੁਸੀਂ ਇੰਡੀਆ 'ਚ ਕੋਈ ਜੋਬ ਕਿਉਂ ਨਹੀਂ ਕਰਦੇ ਪਏ? ਤੁਸੀਂ ਪੰਜਾਬ 'ਚ ਕੁਛ ਕਿਉਂ ਨਹੀਂ ਕਰਦੇ ਪਏ? ਕਿਉਂ ਕਿਸੇ 'ਤੇ ਡਿਪੈਂਡ ਹੁੰਦੇ ਹੋ? ਜਦੋਂ ਤੁਸੀਂ ਡਿਪੈਂਡ ਹੁੰਦੇ ਹੋ, ਅਗਲਾ ਬੰਦਾ ਤੁਹਾਡਾ ਫਾਇਦਾ ਚੱਕਦਾ, ਤੁਹਾਨੂੰ ਤੁਹਾਡੇ ਨਾਲ ਲੜਾਈ ਕਰਦਾ, ਤੁਹਾਨੂੰ 100 ਤਰ੍ਹਾਂ ਦੀਆਂ ਗੱਲਾਂ ਕਹਿੰਦਾ, ਤੁਹਾਨੂੰ ਮਾਰਦਾ, ਤੁਹਾਨੂੰ ਕੁੱਟਦਾ, ਰਾਈਟ? ਕਿਉਂਕਿ ਉਹਦਾ ਹੱਕ ਹੈ, ਜਦੋਂ ਤੁਹਾਨੂੰ ਛੋਟੀ ਛੋਟੀ ਚੀਜ਼ਾਂ ਲਈ ਹਰ ਚੀਜ਼ ਤੁਹਾਨੂੰ ਪ੍ਰੋਵਾਈਡ ਕਰੇਗਾ, ਤੁਹਾਡੇ ਤੋਂ ਹਿਸਾਬ ਮੰਗੇਗਾ, ਰਾਈਟ? ਜਦੋਂ ਤੁਸੀਂ ਆਪ ਕਮਾਓਗੇ, ਇੱਕ ਤਾਂ ਤੁਸੀਂ ਬਿਜ਼ੀ ਹੋ ਜਾਓਗੇ, ਦੂਜਾ ਤੁਸੀਂ ਘਰ ਤੋਂ ਬਾਹਰ ਜਾਓਗੇ, ਸਵੇਰੇ ਤਿਆਰ ਹੋ ਕੇ, ਅੱਛੇ ਕੱਪੜੇ ਪਾ ਕੇ, ਫਰੈਸ਼ ਹੋ ਕੇ, 4 ਲੋਕਾਂ ਨੂੰ ਜਾ ਕੇ ਮਿਲੋਗੇ, ਤੁਹਾਡਾ ਸਰਕਲ ਵਧੇਗਾ, ਤੁਹਾਡੀ ਆਪਣੀ ਇੱਕ ਜ਼ਿੰਦਗੀ ਬਣੇਗੀ, ਤੁਹਾਡੀ ਆਪਣੀ ਇੱਕ ਦੁਨੀਆ ਬਣੇਗੀ। ਔਰ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਜਾਓਗੇ, ਕੁਛ ਨਾ ਕੁਛ ਸਿੱਖ ਕੇ ਆਓਗੇ। ਇੱਕ ਸ਼ੇਰ ਸੀਗਾ, ਜ਼ਿੰਦਗੀ ਨੇ ਸਬਕ ਵੋ ਸਿਖਾਇਆ ਜੋ ਕਿਤਾਬੋਂ ਮੇਂ ਦਰਜ ਨਹੀਂ ਥਾ। ਸਾਨੂੰ ਹਮੇਸ਼ਾ ਜ਼ਿੰਦਗੀ ਸਬਕ ਸਿਖਾਉਂਦੀ ਹੈ, ਸਾਨੂੰ ਕਿਤਾਬਾਂ ਸਬਕ ਨਹੀਂ ਸਿਖਾਉਂਦੀਆਂ। ਕਿਤਾਬਾਂ ਤਾਂ ਅਸੀਂ ਬਚਪਨ 'ਚ ਪੜ੍ਹੀਆਂ, ਸਕੂਲ 'ਚ, ਕਾਲਜ 'ਚ ਪੜ੍ਹ ਕੇ ਆਪਾਂ ਛੱਡਤੀਆਂ, ਉਹਨਾਂ ਨੇ ਕੀ ਸਬਕ ਸਿਖਾਇਆ? ਸਬਕ ਤਾਂ ਹੁਣ ਜਦੋਂ ਮੈਂ ਘਰ ਤੋਂ ਬਾਹਰ ਜਾਂਦੀ ਹਾਂ, ਮੈਂ ਆਟੋ 'ਚ ਬਹਿੰਦੀ ਹਾਂ, ਮੈਂ ਗੱਡੀ 'ਚ ਬਹਿੰਦੀ ਹਾਂ, ਮੈਂ ਕੈਬ 'ਚ ਬਹਿੰਦੀ ਹਾਂ, ਮੈਨੂੰ ਉੱਥੋਂ ਦੀ ਮੈਂ ਸਿੱਖਣਾ ਸ਼ੁਰੂ ਕਰ ਦਿੰਦੀ ਹਾਂ। ਮੈਂ ਲਿਫਟ 'ਚ ਜਾਂਦੀ ਹਾਂ, ਮੈਂ ਲਿਫਟ ਤੋਂ ਸਿੱਖਣਾ ਸ਼ੁਰੂ ਕਰ ਦਿੰਦੀ ਹਾਂ। ਮੈਂ ਜਿਹਨੂੰ ਵੀ ਜਾ ਕੇ ਮਿਲਦੀ ਹਾਂ, ਉਹ ਕਿੱਦਾਂ ਮੇਰੇ ਨਾਲ ਪੇਸ਼ ਆਉਂਦਾ, ਹੈਲੋ ਮੈਮ, ਹਾਊ ਆਰ ਯੂ, ਕੈਸੇ ਹੋ, ਕਿਆ ਕਰ ਰਹੇ ਹੋ, ਉਹ ਹੱਸ ਕੇ ਮਿਲਦਾ, ਹੱਸੇ ਮੱਥੇ ਮਿਲਦਾ ਜਾਂ ਕਿੱਦਾਂ ਮਿਲਦਾ? ਛੋਟੀਆਂ ਛੋਟੀਆਂ ਗੱਲਾਂ ਤੋਂ ਆਪਾਂ ਜਾ ਕੇ ਸਿੱਖਦੇ ਹਾਂ। ਸੋ ਤੁਸੀਂ ਜਦੋਂ ਕੋਈ ਪੜ੍ਹਾਈ ਲਿਖਾਈ ਕੀਤੀ ਹੈ, ਤੁਸੀਂ ਘਰ ਤੋਂ ਬਾਹਰ ਜਾਓਗੇ, ਤੁਸੀਂ ਕੋਈ ਜੋਬ ਕਰੋਗੇ, ਕਿਸੇ ਆਫਿਸ 'ਚ ਜਾਓਗੇ, ਤੁਹਾਨੂੰ ਉੱਠਣ ਬੈਠਣ ਦੀ ਅਕਲ ਆਊਗੀ। ਪਹਿਲਾਂ ਤੁਸੀਂ ਬਿਜ਼ੀ ਹੋ ਜਾਓਗੇ, ਠੀਕ ਹੈ? ਦੂਜਾ, ਤੁਸੀਂ ਤਿਆਰ ਹੋ ਕੇ ਘਰ ਤੋਂ ਬਾਹਰ ਨਿਕਲੋਗੇ, ਅਪ ਟੂ ਡੇਟ ਰਹੋਗੇ, ਤੁਹਾਨੂੰ ਪਤਾ ਹੋਏਗਾ ਕਿ ਕਿਹੜਾ ਫੈਸ਼ਨ ਚੱਲ ਰਿਹਾ, ਕਿਹੜਾ ਮੈਂ ਸੂਟ ਪਾਉਣਾ, ਕਿਹੜੀ ਮੈਂ ਜੀਨ ਪਾਉਣੀ ਹੈ, ਕਿਹੜੀ ਮੈਂ ਟੀ-ਸ਼ਰਟ ਪਾਉਣੀ ਹੈ, ਮੈਂ ਕਿੱਦਾਂ ਦਾ ਹੇਅਰ ਸਟਾਈਲ ਕਰਨਾ, ਮੈਂ ਕਿੱਦਾਂ ਦਾ ਮੇਕਅਪ ਕਰਨਾ, ਮੈਂ ਕੀ ਕਰਨਾ। ਤੁਸੀਂ ਘਰੇ ਬੈਠੇ ਹੋ ਸਾਰਾ ਦਿਨ, ਕੰਧਾਂ ਨੂੰ ਦੇਖ ਰਹੇ ਹੋ, ਫੋਨ ਨੂੰ ਦੇਖ ਰਹੇ ਹੋ, ਟੀਵੀ ਦੇਖ ਲਿਆ, ਫਲਾਨਾ ਦੇਖ ਲਿਆ, ਘਰ ਦਾ ਕੰਮ ਕਰ ਲਿਆ, ਰਸੋਈ 'ਚੋਂ ਨਹੀਂ ਨਿਕਲਦੇ ਆ ਤੁਸੀਂ ਸਾਰਾ ਦਿਨ, ਤੁਹਾਡੀ ਕਿਵੇਂ ਜ਼ਿੰਦਗੀ ਵਿੱਚ ਗਰੋਥ ਹੋਏਗੀ, ਤੁਸੀਂ ਮੈਨੂੰ ਦੱਸੋ। ਬ੍ਰੇਕਫਾਸਟ ਬਣਾ ਲਿਆ, ਲੰਚ ਬਣਾ ਲਿਆ, ਡਿਨਰ ਬਣਾ ਲਿਆ, ਉਸ ਤੋਂ ਬਾਅਦ ਸੋ ਗਏ, ਫਿਰ ਸਵੇਰੇ ਉੱਠੇ, ਫਿਰ ਉਹੀ ਰੋਟੀ। ਤੁਸੀਂ ਕੀ ਕਰ ਰਹੇ ਹੋ ਜ਼ਿੰਦਗੀ 'ਚ? ਤੁਹਾਨੂੰ ਪਤਾ ਤੁਸੀਂ ਆਪਣੀ ਜ਼ਿੰਦਗੀ ਕਿੱਦਾਂ ਬਰਬਾਦ ਕਰ ਰਹੇ ਹੋ? ਸਪੈਸ਼ਲੀ ਮੈਂ ਕੁੜੀਆਂ ਦੀ ਗੱਲ ਕਰ ਰਹੀ ਹਾਂ, ਮੈਂ ਗੱਲ ਹੀ ਕੁੜੀਆਂ ਬਾਰੇ ਕਰਦੀ ਹਾਂ, ਮੈਨੂੰ ਕਿਸੇ ਹੋਰ ਤੋਂ ਕੁਛ ਲੈਣਾ ਦੇਣਾ ਨਹੀਂ। ਔਰ ਮੈਂ ਚਾਹੁੰਦੀ ਹਾਂ ਮੇਰੀ ਹਰ ਭੈਣ ਸਟਰੋਂਗ ਬਣੇ। ਪਤਾ ਨਹੀਂ ਤੁਸੀਂ ਕਿਸ ਮਿੱਟੀ ਦੇ ਬਣੇ ਹੋ, ਤੁਹਾਨੂੰ ਸਮਝ ਨਹੀਂ ਆਉਂਦੀ, ਪੜ੍ਹ ਲਿਖ ਕੇ ਕੁਛ ਕਰੋ, ਜੋ ਮੁੰਡਿਆਂ ਦੇ ਪਿੱਛੇ ਲੱਗੀਆਂ ਹੋਈਆਂ ਹੋ, ਦੀਦੀ ਮੇਰੇ ਬੁਆਏਫ੍ਰੈਂਡ ਨੇ ਆਹ ਕੀਤਾ, ਦੀਦੀ ਮੇਰੇ ਹਸਬੈਂਡ ਨੇ ਆਹ ਕੀਤਾ, ਯਾਰ ਦਫਾ ਕਰੋ ਸਾਰਿਆਂ ਨੂੰ ਜ਼ਿੰਦਗੀ ਵਿੱਚੋਂ। ਜੇ ਅੱਜ ਤੁਹਾਡੇ ਕੋਲ ਤੁਹਾਡਾ ਰੁਤਬਾ ਹੈ ਨਾ, ਤੁਹਾਡੇ ਕੋਲ ਤੁਹਾਡਾ ਕੰਮ ਹੈ, ਤੁਹਾਡੇ ਕੋਲ ਤੁਹਾਡਾ ਸਟੇਟਸ ਹੈ, ਤੁਹਾਡੇ ਕੋਲ ਪੈਸਾ ਹੈ, ਤੁਸੀਂ ਕਿਸੇ ਨੂੰ ਵੀ ਆਪਣੇ ਮਗਰ ਲਾ ਸਕਦੇ ਹੋ, ਆਪਣੇ ਸਾਹਮਣੇ ਝੁਕਾ ਸਕਦੇ ਹੋ। ਜੇ ਤੁਹਾਡੇ ਕੋਲ 1 ਰੁਪਿਆ ਨਹੀਂ ਹੈ, ਤਾਂ ਜਿਹੜੇ ਤੁਹਾਡੇ ਨਾਲ ਬੈਠੇ ਉਹਨਾਂ ਨੇ ਵੀ ਤੁਹਾਨੂੰ ਛੱਡ ਕੇ ਚਲੇ ਜਾਣ। ਮੈਂ ਜਿੰਨਾ ਹੋ ਸਕਦਾ ਤੁਹਾਨੂੰ ਆਲਵੇਜ਼ ਮੈਂ ਮੋਟੀਵੇਟ ਕਰਦੀ ਹਾਂ, ਮੈਂ ਆਲਵੇਜ਼ ਹੱਲਾਸ਼ੇਰੀ ਦਿੰਦੀ ਹਾਂ ਕਿ ਕੁਛ ਕਰੋ, ਪੜ੍ਹੋ, ਲਿਖੋ, ਕੁਛ ਕਮਾਓ, ਮਾਂ ਪਿਓ ਦਾ ਨਾਂ ਰੋਸ਼ਨ ਕਰੋ, ਉਹਨਾਂ ਨੂੰ ਕੁੜੀਆਂ ਨਹੀਂ, ਉਹਨਾਂ ਨੂੰ ਮੁੰਡੇ ਬਣ ਕੇ ਦਿਖਾਓ। ਮਾਂ ਪਿਓ ਲਈ, ਮਾਂ ਪਿਓ ਨੂੰ 4 ਪੈਸਾ ਕਮਾ ਕੇ ਦਿਖਾਓ, ਉਹਨਾਂ ਨੂੰ ਦੁਨੀਆ ਘਮਾਓ, ਉਹਨਾਂ ਨੂੰ ਆਊਟ ਆਫ ਇੰਡੀਆ ਲੈ ਕੇ ਜਾਓ, ਮਾਂ ਪਿਓ ਨੂੰ ਵਧੀਆ ਗੱਡੀ ਲੈ ਕੇ ਦਿਓ, ਉਹਨਾਂ ਨੂੰ ਗੱਡੀ ਦਾ ਕੀ ਲੈ ਕੇ ਦੇਣੀ, ਆਪਣੇ ਲਈ ਸਕੂਟਰ ਹੀ ਖਰੀਦ ਲਓ ਯਾਰ। ਤੁਸੀਂ ਨਿਕਲੋ ਇਹ ਚੱਕਰਾਂ ਦੇ ਵਿੱਚੋਂ, ਕਿਹੜੇ ਚੱਕਰਾਂ 'ਚ ਪਏ ਹੋਏ ਹੋ ਤੁਸੀਂ? ਇਹ ਮੁੰਡਿਆਂ ਨੇ ਤੁਹਾਨੂੰ ਕੁਛ ਨਹੀਂ ਦੇਣਾ,
इन्होंने थानू छड़ के थोड़े सामने दूजी कुड़ी नू व्याह के ले आना और तुसी पछताना है बीते वेले नू कि दीदी सानू ठीक कहंदे सी अमृत वेले तुसी नहीं उठदियां। थानू किन्नी वारी क्या अमृत वेले उठो, मैं सवेरे अमृत वेले उठ के जे पोस्ट पाउंदी दी आ 2 या 3 कुड़ियां उठियां हुंदियां, मैं सब देखदी आ, तुसी नहीं उठदियां, मेरा कुछ नहीं जा रहा, तुसी थोड़ी लाइफ दे विच प्रॉब्लम्स वधनगियां। दुनिया की कोई भी वड्डी तो वड्डी प्रॉब्लम होई ना, अगर तुसी अमृत वेले उठते पे हो, उठ के तुसी 5 जपजी साहब के पाठ कर रहे हो, अरदास कर रहे हो, थोड़ी प्रॉब्लम एदा छू मंत्र होएगी, जरूर थोड़ा टाइम लगेगा पर वो प्रॉब्लम दूर हो जाएगी। तुसी कुछ नहीं करते ना, कुछ नहीं करते, तुसी हुण गल्लां छड्ड दो कि नहीं दीदी जी असीं ते करते हैं ना। जो मैनू फोन आते कुड़ियां दसदियां दीदी मेरे हसबैंड ने मैनू मारिया, ऐदा मारिया, मेरे वाल पुट्टे, आता, मैनू इन्ना गुस्सा चढ़द, इन्ना गुस्सा चढ़द, मेरा दिल करता मैं किदा इनू उस रिश्ते क्ढा तो इनू मैं कितने बहर भेज देव, क्योंकि जो तुम कुछ करना ही नहीं, तुम पाठ नहीं करते, अमृत वेले नहीं उठते, पढ़ाई लिखाई करके घर बैठिया हुई, क्यों थोड़े माँ प्यो थोड़ी जॉब कर देते, क्यों असं विह नहीं करना, असं जॉब करनी है, असं विह तो पहला 2 साल कुछ पढ़ के लिख के थोड़ा बन के दिखाने, असं 4 पैसे कमाने, असं घर लिए कुछ करना, असं माँ प्यो थोड़े लिए कुछ करना है, ਵਿਆਹ ਤਾਂ ਫਿਰ ਸਾਡਾ ਹੋ ਹੀ ਜਾਣਾ, ਅੱਜ ਨਹੀਂ ਤਾਂ ਕੱਲ ਵਿਆਹ ਤਾਂ ਹੋਣਾ ਹੀ ਹੋਣਾ, ਸਭ ਦਾ ਹੋਣਾ, ਵਿਆਹ ਵੀ ਹੋਣਾ, ਬੱਚੇ ਜੰਮਣੇ, ਸਾਰੀ ਉਮਰ ਤੁਸੀਂ ਆਹੀ ਕੁਛ ਕਰਨਾ, ਉਸ ਤੋਂ ਪਹਿਲਾਂ ਆਪਣੀ ਕੋਈ ਤਾਂ ਪਛਾਣ ਬਣਾਓ, ਕਿਉਂ ਤੁਸੀਂ ਜੁੱਤੀਆਂ ਖਾਂਦੀਆਂ ਪਈਆਂ, ਕਿਉਂ ਮਾਰਾਂ ਖਾਂਦੀਆਂ ਪਈਆਂ, ਕਦੀ ਕੋਈ ਤੁਹਾਨੂੰ ਮਾਰ ਦਿੰਦਾ, ਕਦੀ ਕੋਈ ਤੁਹਾਨੂੰ ਮਾਰ ਦਿੰਦਾ, ਬੋਲਡ ਬਣੋ, ਸਟਰੋਂਗ ਬਣੋ, ਆਪਣਾ ਵਜੂਦ ਬਣਾਓ, ਔਰਤ ਕਿੱਥੇ ਪਹੁੰਚੀ ਹੋਈ ਹੈ, ਤੁਸੀਂ ਘਰਾਂ 'ਚ ਬੈਠੀਆਂ ਮਾਰਾਂ ਖਾਂਦੀਆਂ ਪਏ ਹੋ, ਸ਼ਾਇਦ ਮੇਰੀ ਇਹ ਵੀਡੀਓ ਦੇਖ ਕੇ ਮੇਰੀ ਇੱਕ ਭੈਣ ਵੀ ਸਟਰੋਂਗ ਬਣ ਜਾਵੇ ਔਰ ਆਪਣੇ ਲਈ ਸਟੈਂਡ ਲੈਣਾ ਸਿੱਖੇ, ਤਾਂ ਮੈਂ ਕਹੂੰਗੀ ਮੇਰਾ ਆਉਣਾ ਸਫਲ ਹੋ ਗਿਆ ਇਸ ਦੁਨੀਆ 'ਤੇ, ਮੇਰੀਆਂ ਵੀਡੀਓਜ਼ ਬਣਾਉਣੀਆਂ ਸਫਲ ਹੋ ਗਈਆਂ। ਸਾਡੇ ਗੁਰੂਆਂ ਨੇ ਕਿਹਾ ਜੇ ਜ਼ੁਲਮ ਕਰਨਾ ਗਲਤ ਹੈ ਤਾਂ ਜ਼ੁਲਮ ਨੂੰ ਬਰਦਾਸ਼ਤ ਕਰਨਾ ਵੀ ਓਨਾ ਹੀ ਗਲਤ ਹੈ। ਕਿਉਂ ਜ਼ੁਲਮ ਨੂੰ ਬਰਦਾਸ਼ਤ ਕਰਦੇ ਹੋ ਜੇ ਤੁਸੀਂ ਸਹੀ ਹੋ, ਕਿਉਂ ਕਿਸੇ ਨੂੰ ਆਪਣੇ ਤੇ ਉੱਪਰ ਕੋਈ ਵੀ ਹੁਕਮ ਚਲਾਉਣ ਦਿੰਦੇ ਹੋ? ਠੀਕ ਹੈ, ਤੁਹਾਡਾ ਹਸਬੈਂਡ ਹੈ, ਤੁਹਾਡਾ ਕੋਈ ਵੀ ਹੈ, ਉਹਦੀ ਰਿਸਪੈਕਟ ਕਰੋ, ਪਰ ਜੇ ਉਹ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਇਮੀਡੀਏਟਲੀ ਉਸ ਰਿਲੇਸ਼ਨ ਨੂੰ ਕੁਇਟ ਕਰ ਦਿਓ। ਅਸੀਂ ਜੀ ਨਹੀਂ ਸਕਦੇ, ਜੇ ਨਹੀਂ ਜੀ ਸਕਦੇ ਫਿਰ ਸਾਰੀ ਉਮਰ ਤੁਹਾਡੇ ਨਾਲ ਇਹੀ ਕੁਛ ਹੋਣਾ। ਜੇ ਵਿਆਹ ਤੋਂ ਬਾਅਦ ਵੀ ਤੁਹਾਡੇ ਨਾਲ ਕੁਝ ਮਿਸਬਿਹੇਵ ਕਰਦਾ, ਜਸਟ ਲੀਵ ਦੈਟ ਪਰਸਨ ਇਮੀਡੀਏਟਲੀ, ਆਪਣੀ ਪਛਾਣ ਬਣਾਓ, ਪੜ੍ਹ ਲਿਖ ਕੇ ਬਾਹਰ ਨਿਕਲ ਜਾਓ ਕਿਤੇ, ਮੈਂ ਤੋਂ ਜਿੰਨੀ ਹੈਲਪ ਹੋ ਸਕੇਗੀ ਆਈ ਵਿਲ ਸੈਂਡ ਯੂ, ਮੈਂ ਤੁਹਾਨੂੰ ਬਾਹਰ ਅਬਰੋਡ ਜਿੰਨੇ ਵੀ ਮੇਰੇ ਲਿੰਕ ਹੈ ਮੈਂ ਤੁਹਾਨੂੰ ਭੇਜਾਂਗੀ, ਪਰ ਤੁਸੀਂ ਕੁਝ ਕਰਕੇ ਤਾਂ ਦਿਖਾਓ। ਪੜ੍ਹ ਲਿਖ ਕੇ ਘਰਾਂ 'ਚ ਬੈਠੇ ਹੋ, ਸਾਰਾ ਦਿਨ ਕੰਮ ਹੀ ਕਰਦੀਆਂ ਰਹਿੰਦੀਆਂ, ਰਸੋਈ 'ਚੋਂ ਨਹੀਂ ਨਿਕਲਦੀਆਂ ਅਤੇ ਕੁੱਟਾਂ ਖਾਂਦੀਆਂ ਪਈਆਂ ਆਪਣੇ ਹਸਬੈਂਡ ਦੀਆਂ, ਮੈਨੂੰ ਬਹੁਤ ਦੁੱਖ ਲੱਗਦਾ। ਇਸ ਕਰਕੇ ਅੱਜ ਮੈਂ ਇਹ ਵੀਡੀਓ ਬਣਾਉਣ 'ਤੇ ਮਜਬੂਰ ਹੋ ਗਈ। ਸਾਰਾ ਦਿਨ ਮੂੰਹ 'ਤੇ ਆਪਾਂ ਲੇਪੀ ਜਾਈਏ, ਵਾਲਾਂ ਨੂੰ ਇਹ ਕਰੀ ਜਾਈਏ, ਉਹ ਕਰੀ ਜਾਈਏ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਗੁਰਲੀਨ ਚੋਪੜਾ ਅਗਰ ਕੋਈ ਵੀਡੀਓ ਬਣਾਉਂਦੀ ਤਾਂ ਮੈਂ ਚਾਹੁੰਦੀ ਹਾਂ ਕਿ ਮੇਰੀ ਭੈਣ ਉਹ ਮੋਟੀਵੇਟ ਹੋਵੇ ਵੀਡੀਓ ਦੇਖ ਕੇ, ਕੁੜੀ ਕੁਛ ਅੱਗੇ ਜਾ ਕੇ ਜ਼ਿੰਦਗੀ 'ਚ ਕਰੇ, ਆਹ ਫੇਸ਼ੀਅਲ ਕਰ ਲਿਆ, ਹੇਅਰ ਕਰਵਾ ਲਿਆ, ਫਲਾਨਾ ਕਰਵਾ ਲਿਆ, ਇਹ ਕੀ ਹੈ? ਇਹ ਤਾਂ ਤੁਸੀਂ ਯੂਟਿਊਬ 'ਤੇ ਲੱਖਾਂ ਵੀਡੀਓ ਦੇਖ ਸਕਦੇ ਹੋ, ਮੇਰੀ ਅਤੇ ਉਸ ਵੀਡੀਓ ਦੇ ਵਿੱਚ ਫਰਕ ਕੀ ਹੈ? ਫਿਰ ਮੈਂ ਤੁਹਾਨੂੰ ਕਿਵੇਂ ਮੋਟੀਵੇਟ ਕਰਾਂਗੀ, ਮੈਂ ਤੁਹਾਨੂੰ ਕਿਵੇਂ ਸਟਰੋਂਗ ਬਣਾਵਾਂਗੀ? ਤੁਹਾਨੂੰ ਅੰਮ੍ਰਿਤ ਵੇਲੇ ਨਾਲ ਜੋੜਿਆ, ਹੁਣ ਮੈਂ ਚਾਹੁੰਦੀ ਹਾਂ ਮੇਰੀ ਹਰ ਭੈਣ ਇੰਨੀ ਸਟਰੋਂਗ ਬਣੇ, ਇੰਨੀ ਸਟਰੋਂਗ ਬਣੇ ਕਿ ਦੁਨੀਆਂ ਦੀ ਕੋਈ ਤਾਕਤ ਉਹਦੇ ਸਾਹਮਣੇ ਖੜ ਨਾ ਸਕੇ, ਉਹਦੇ ਸਾਹਮਣੇ ਟਿਕ ਨਾ ਸਕੇ। ਸੋ ਪਲੀਜ਼ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ, ਅੱਜ ਤੋਂ ਹੁਣੇ ਤੋਂ ਇੰਡੀਪੈਂਡੈਂਟ ਬਣੋ, ਆਪਣੇ ਪੈਰਾਂ 'ਤੇ ਆਪ ਖੜੇ ਹੋਵੋ, ਕੁਛ ਕਮਾਓ, ਜੋਬ ਕਰੋ, ਨਹੀਂ ਜੋਬ ਮਿਲਦੀ ਮੈਨੂੰ ਦੱਸੋ, ਮੇਰੇ ਤੋਂ ਜਿੰਨੀ ਹੋ ਸਕਦੀ ਮੈਂ ਤੁਹਾਡੀ ਹੈਲਪ ਕਰਾਂਗੀ। counselingwith.gc ਇੰਸਟਾਗ੍ਰਾਮ 'ਤੇ ਮੈਨੂੰ ਕੰਟੈਕਟ ਕਰੋ। ਮੈਂ ਜਿੰਨਾ ਹੋ ਸਕੇ ਆਪਣੀਆਂ ਭੈਣਾਂ ਨੂੰ ਜੋਬ ਦਿਵਾਉਣ ਦੀ ਕੋਸ਼ਿਸ਼ ਕਰਾਂਗੀ, ਬਾਹਰ ਭੇਜਣ ਦੀ ਕੋਸ਼ਿਸ਼ ਕਰਾਂਗੀ, ਤੁਹਾਡਾ ਜੋ ਵੀ ਇੰਟਰਸਟ ਹੈ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਹਾਂ ਕਿ ਮੈਂ ਤੁਹਾਡੀ ਜ਼ਰੂਰ ਮਦਦ ਕਰਾਂਗੀ। ਬਟ ਜੇ ਤੁਸੀਂ ਮੈਨੂੰ ਰੋ ਕੇ ਫੋਨ ਕਰਨੇ ਆ, ਕੁੱਟ ਪੈ ਗਈ, ਮਾਰ ਪੈ ਗਈ, ਇਹ ਪੈ ਗਿਆ, ਉਹ ਪੈ ਗਿਆ, ਮੈਂ ਇੱਕ ਵਾਰ ਤੁਹਾਡਾ ਫੋਨ ਸੁਣਾਂਗੀ, ਦੂਜੀ ਵਾਰੀ ਮੈਂ ਆਪਣੇ ਟੀਮ ਨੂੰ ਕਹਿ ਦਾਂਗੀ ਮੈਨੂੰ ਇਹ ਫੋਨ ਨਹੀਂ ਆਉਣਾ ਚਾਹੀਦਾ, ਇਸ ਕੁੜੀ ਨੂੰ ਦੁਬਾਰਾ ਕੰਟੈਕਟ ਕਰੇਗੀ, ਇਹਨੂੰ ਬਲੌਕ ਕਰ, ਕਿਉਂਕਿ ਮੈਨੂੰ ਆਪਣੇ ਨਾਲ ਕੋਈ ਵੀ ਕਮਜ਼ੋਰ ਕੁੜੀ ਨਹੀਂ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਦੁਨੀਆ ਦੀ ਹਰ ਕੁੜੀ ਸਟਰੋਂਗ ਬਣੇ ਔਰ ਕੁਛ ਕਰਕੇ ਜਾਵੇ ਇਸ ਦੁਨੀਆ ਦੇ ਵਿੱਚ ਜੇ ਆਪਾਂ ਆਏ ਹਾਂ। ਸੋ ਆਈ ਹੋਪ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਏਗੀ। ਪਲੀਜ਼ ਕਿਸੇ ਨੇ ਵੀ ਵੀਕ ਨਹੀਂ ਬਣਨਾ, ਸਟਰੋਂਗ ਬਣੋ, ਮਜ਼ਬੂਤ ਬਣੋ, ਦੁਨੀਆ ਵਿੱਚ ਆਏ ਹੋ ਕੁਛ ਕਰਕੇ ਜਾਓ, ਖਾ ਲਿਆ, ਪੀ ਲਿਆ, ਸੋ ਲਿਆ, ਵਿਆਹ ਕਰ ਲਿਆ, ਬੱਚੇ ਜੰਮ ਲਏ, ਤੁਰ ਗਏ ਦੁਨੀਆ ਤੋਂ, ਦਿਸ ਇਜ਼ ਨੋਟ ਲਾਈਫ। ਆਪਣੀ ਇੱਕ ਪਹਿਚਾਣ ਬਣਾਓ, ਕੁਛ ਪੜ੍ਹ ਲਿਖ ਕੇ ਅੱਗੇ ਵਧੋ, ਆਪਣੇ ਉੱਪਰ ਡਿਪੈਂਡ ਹੋਵੋ, ਲੋਕਾਂ ਨੂੰ ਆਪਣੇ 'ਤੇ ਡਿਪੈਂਡ ਕਰੋ, ਆਪ ਨਾ ਕਿਸੇ ਦੇ ਅੱਗੇ ਡਿਪੈਂਡ ਹੋ ਜਾਓ, ਠੀਕ ਹੈ? ਮੁੰਡਾ ਬਣ ਕੇ ਦਿਖਾਓ, ਮੁੰਡਿਆਂ ਵਾਂਗੂ ਕੰਮ ਕਰਕੇ ਦਿਖਾਓ, ਤੁਸੀਂ ਕਰ ਸਕਦੇ ਹੋ। ਲਵ ਯੂ ਆਲ, ਸਟੇ ਹੈਪੀ ਐਂਡ ਜਾਣ ਤੋਂ ਬਲਾ ਇੱਕ ਗੱਲ ਹੋਰ। ਅੱਜ ਮੈਂ 1 ਸਾਲ ਬਾਅਦ ਆਪਣਾ ਹੇਅਰ ਕੱਟ ਕਰਵਾਇਆ, ਆਈ ਹੋਪ ਤੁਹਾਨੂੰ ਅੱਛਾ ਲੱਗ ਰਿਹਾ ਹੋਵੇਗਾ। ਆਈ ਜਸਟ ਵਾਂਟ ਟੂ ਸ਼ੇਅਰ ਇਟ ਵਿਦ ਯੂ ਕਿ ਮੈਂ ਲੋਕਡਾਊਨ ਹੋ ਗਿਆ ਸੀਗਾ, ਸੋ ਮੈਂ ਐਕਚੁਲੀ ਐਵਰੀ 3 ਮੰਥਸ ਮੈਂ ਕਰਾਉਂਦੀ ਹੁੰਦੀ ਹਾਂ, ਬਟ ਇਸ ਵਾਰੀ ਲੋਕਡਾਊਨ ਦੇ ਕਰਕੇ ਮੈਂ ਨਹੀਂ ਗਈ, ਅਤੇ ਹੁਣ ਮੇਰਾ ਸ਼ੂਟ ਹੈ ਕੱਲ੍ਹ ਪਰਸੋਂ ਤੋਂ,
इस करके मैं आफ्टर वन ईयर यू कैन सी माई हेयर इन मैं लेयर्स इन्हों कहते हैं शार्प लेयर्स, ठीक है, लेंथ मैं छोटी नहीं की, शार्प लेयर्स की हैं। वन ऑफ द बेस्ट सैलॉन है बॉम्बे के जो हाकिम आलिम है, सारिया वड्डिया वड्डिया फिल्मों ही करते, वड्डी वड्डी हीरोइनस वड्डे वड्डे मतलब उन्हों तो वड्डा बॉलीवुड में कोई भी नहीं है सैलॉन जो है। सो दिस इज शार्प लेयर्स, यू कैन सी 1 2 3 4 स्टेप्स जा रहे हैं। सो अगर तुसी भी अपने कोई हेयर कट करवाना चाहते हो तो अपने फेस के हिसाब ना डेफिनेटली आई विल गाइड यू फॉर दैट ऑल्सो। सो यू मैं ये गुत भी बन जाएगी, ये टोंग भी हो जाएंगे, ये स्ट्रेट भी हो जाएगा, सारा कुछ हो जाएगा। बी स्ट्रोंग, इंडिपेंडेंट बनो, लव यू ऑल।